best game of the year. ਸਰ ਜਿਹੜੀ ਤੁਸੀਂ ਇਹ ਗੇਮ ਦੇ ਵਿੱਚ ਬੱਚਿਆਂ ਨੂੰ ਲੈ ਕੇ ਗਏ ਵੀ ਟ੍ਰੇਨਿੰਗ ਕਿਸ ਤਰ੍ਹਾਂ ਦਿੰਦੇ ਹੋ ਤੁਸੀਂ ਕਿੱਥੋਂ ਕੋਚ ਮੰਗਾਉਂਦੇ ਹੋ ਇਹ ਟ੍ਰੇਨਿੰਗ ਵਾਸਤੇ ਜੀ ਅਸੀਂ ਮਤਲਬ ਕਿ ਸਪੈਸ਼ਲ ਟ੍ਰੇਨਿੰਗ ਤਾਂ ਆਪ ਹੀ ਕਰਾਉਂਦੇ ਹੈਗੇ ਹਾਂ ਲੇਕਿਨ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਪਤਾ ਸੀਗਾ ਵੀ ਇੰਟਰਨੈਸ਼ਨਲ ਟੂਰਨਾਮੈਂਟ ਆ ਫੋਰਨ ਤੋਂ ਟੀਮਾਂ ਆ ਰਹੀਆਂ ਨੇ ਟੀਮਾਂ ਕਰਕੇ ਟੂਰਨਾਮੈਂਟ ਕਾਫੀ ਟਫ ਸੀਗਾ ਅਤੇ ਅਸੀਂ ਫੋਰ ਸਪੈਸ਼ਲ ਫਰਾਂਸ ਤੋਂ 4 ਕੋਚ ਮੰਗਵਾ ਕੇ ਬੱਚਿਆਂ ਨੂੰ ਟ੍ਰੇਨਿੰਗ ਕਰਵਾਈ ਜੋ ਕਿ 3 ਦਿਨ ਇੱਥੇ ਰਹਿ ਕੇ ਬੱਚਿਆਂ ਨੂੰ ਟ੍ਰੇਨਿੰਗ ਕਰਾ ਕੇ ਗਏ ਅਤੇ ਉਹਦਾ ਇਹ ਰਿਜ਼ਲਟ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਜੋ ਇਹਨਾਂ ਨੇ ਟੂਰਨਾਮੈਂਟ ਵਿੱਚ ਜਾ ਕੇ ਆਪਣਾ ਸਿੱਖ ਕੇ ਹੁਨਰ ਦਿਖਾਇਆ ਅਤੇ ਜਿਹਦੀ ਬਦੌਲਤ ਅੱਜ ਗੋਲਡ ਮੈਡਲ ਲੈ ਕੇ ਇੱਥੇ ਪਹੁੰਚੇ ਨੇ ਹਾਂਜੀ ਸਰ ਮਿਤੀ 16/4/2019 ਤੋਂ 19/4/2019 ਤੱਕ ਚੰਡੀਗੜ੍ਹ ਦੇ ਗੌਰਮੈਂਟ ਸਪੋਰਟਸ ਕਾਲਜ ਵਿਖੇ ਕਿੱਕ ਬਾਕਸਿੰਗ ਦੀ ਚੈਂਪੀਅਨਸ਼ਿਪ ਹੋਈ ਸੀ ਜਿਸ ਦੇ ਵਿੱਚ 6 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਜਿਹਦੇ ਵਿੱਚ ਇੰਡੀਆ ਦੀ ਟੀਮ ਦੇ ਵਿੱਚ ਸ਼੍ਰੀ ਗੌਰਵ ਸ਼ਰਮਾ ਜੀ ਜੋ ਆਪਣੇ ਪੰਜਾਬ ਦੀ ਟੀਮ ਦੀ ਅਗਵਾਈ ਕਰ ਰਹੇ ਸੀ ਉਹਨਾਂ ਦੀ ਅਗਵਾਈ ਹੇਠ ਜੋ ਟੀਮ ਨੇ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਔਰ 4 ਬੱਚੇ 4 ਦੇ 4 ਹੀ ਗੋਲਡ ਮੈਡਲ ਲੈ ਕੇ ਆਏ ਹੈ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਮੈਂ ਸ਼੍ਰੀ ਗੌਰਵ ਸ਼ਰਮਾ ਜੀ ਨੂੰ ਉਹਨਾਂ ਦੀ ਇਸ ਕਾਮਯਾਬੀ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜੇ ਬੱਚੇ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹ ਵੀ ਇੱਥੇ ਅੱਜ ਆਏ ਆ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਖਾਸ ਕਰਕੇ ਮੈਂ ਜਿਹੜੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਵੀ ਬਹੁਤ ਵਧਾਈ ਦਿੰਦਾ ਹਾਂ ਔਰ ਉਹਨਾਂ ਨੂੰ ਅਰਦਾਸ ਕਰਦਾ ਹਾਂ ਕਿ ਹੋਰ ਵੀ ਪਰਮਾਤਮਾ ਤਰੱਕੀਆਂ ਬਖਸ਼ੇ।